ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਪੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ। ਪਰਮੇਸ਼ਰ ਦਰਬਾਰ ਸਿਹਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਮੈਂ ਆਪ ਜੀ ਦੇ ਸਨਮੁੱਖ ਸਮੇਂ ਦੇ ਮੁਤਾਬਕ ਇੱਕ ਵੀਡੀਓ, ਇੱਕ ਇਲਾਜ ਲੈ ਕੇ ਆਏ ਹਾਂ, ਜਿਹੜਾ ਅੱਜ ਕੱਲ੍ਹ ਸਾਰਿਆਂ ਨੂੰ ਸਮੱਸਿਆ ਆ ਰਹੀ ਹੈ। ਮੇਰੇ ਕੋਲ ਦਿਹਾੜੀ 'ਚ 50-50, 60-60 ਫੋਨ ਇਸੇ ਗੱਲ 'ਤੇ ਆ ਰਹੇ ਆ। ਪਤਾ ਨਹੀਂ ਉਹਨਾਂ ਨੇ ਵੀਡੀਓ ਦੇਖੀਆਂ ਨਹੀਂ ਪਹਿਲਾਂ, ਪਤਾ ਨਹੀਂ ਕੋਈ ਨਵੇਂ ਵੀਰ ਨੇ। ਜ਼ਿਆਦਾਤਰ ਪਰੇਸ਼ਾਨੀ ਜਿਹੜੇ ਹੁਣ ਇਸ ਮੌਸਮ ਦੇ ਵਿੱਚ ਆ ਰਹੀ ਆ, ਉਹ ਖੰਘ, ਜ਼ੁਕਾਮ, ਛਾਤੀ ਜਾਮ, ਸਾਰਿਆਂ ਨੂੰ ਵੱਧ ਪ੍ਰੋਬਲਮ ਆ ਰਹੀ ਹੈ ਬੁਖਾਰ ਚੜ੍ਹਨ ਦੀ। ਤਾਂ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸ ਚੁੱਕਿਆ, ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ। ਆਪ ਜੀ ਘਰ ਦੇ ਵਿੱਚ 1/2 ਕਿਲੋ ਜਾਂ 1 ਕਿਲੋ ਦਾਲ ਚੀਨੀ ਲਿਆ ਕੇ ਰੱਖ ਲਓ। 1 ਚਮਚਾ ਰਾਤ ਨੂੰ ਜਦੋਂ ਤੁਸੀਂ ਰੋਟੀ ਖਾ ਲੈਂਦੇ ਹੋ, ਗੁੜ ਦੇ ਵਿੱਚ ਮਿਕਸ ਕਰਕੇ ਇਹ ਖਾਓ। ਉੱਪਰੋਂ 1 ਕੋਸੇ ਜਿਹੇ ਪਾਣੀ ਦਾ ਗਲਾਸ ਪੀਓ। ਤੁਹਾਨੂੰ ਯਾਰ ਸਾਰਾ ਸਿਆਲ ਖੰਘ, ਜ਼ੁਕਾਮ, ਬੁਖਾਰ ਕੁਛ ਨਹੀਂ ਹੋਏਗਾ, ਗਰੰਟੀ ਹੈ। ਹਾਂ, ਬਿਮਾਰੀ ਲੱਗੇ ਤੋਂ ਬਾਅਦ ਜਿੰਨਾ ਤੁਸੀਂ ਭੱਜਦੇ ਹੋ, ਜੇ ਓਨਾ ਹੀ ਤੁਸੀਂ ਆਪਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮਿਹਨਤ ਕਰੋ, ਓਨੀ ਗੌਰ ਕਰੋ। ਜਿੰਨਾ ਬਿਮਾਰੀ ਲੱਗਣ ਤੋਂ ਬਾਅਦ ਭੱਜਦੇ ਹੋ, ਓਨਾ ਤੁਸੀਂ ਸਿਹਤਮੰਦ ਰਹਿਣ ਲਈ ਭੱਜੋ। ਜੇ ਆਪਣੀ ਸਿਹਤ ਦੀ ਤੰਦਰੁਸਤੀ ਦੇ ਲਈ ਉੱਦਮ ਕਰੋ ਤਾਂ ਤੁਸੀਂ ਬਿਮਾਰ ਹੀ ਨਹੀਂ ਹੁੰਦੇ। ਤਾਂ ਹੁਣ ਜ਼ਰੂਰੀ ਨਹੀਂ ਵੀ ਜੇ ਖੰਘ ਹੋਏਗੀ ਫਿਰ ਹੀ ਅਸੀਂ ਦਾਲ ਚੀਨੀ ਖਾਵਾਂਗੇ। 1 ਕਿਲੋ ਲਿਆ ਕੇ ਰੱਖ ਲਓ ਘਰੇ ਯਾਰ, 1 ਚਮਚਾ ਰਾਤ ਨੂੰ ਗੁੜ ਦੇ ਵਿੱਚ ਮਿਕਸ ਕਰ ਲਓ, ਖਾ ਲਓ, ਅਤੇ ਉੱਤੋਂ ਕੋਸੇ ਜਿਹੇ ਪਾਣੀ ਦਾ ਗਲਾਸ ਪੀ ਲਓ। ਸਾਰੀ ਸਰਦੀਆਂ 'ਚ ਤੁਹਾਨੂੰ ਖੰਘ, ਜ਼ੁਕਾਮ, ਬੁਖਾਰ ਕੁਛ ਨਹੀਂ ਹੋਏਗਾ। ਜੇ ਖੰਘ ਲੱਗੀ ਹੋਈ ਹੈ ਤਾਂ 1 ਛੋਟਾ ਜਿਹਾ ਟੁਕੜਾ ਅਦਰਕ ਦਾ, ਆਧੇ ਦਾ ਲੈ ਕੇ ਅੱਗ ਦੇ ਵਿੱਚ ਭੁੰਨ ਕੇ ਹਲਦੀ ਦੇ ਵਿੱਚ ਮਿਕਸ ਕਰਕੇ ਇਹਨੂੰ ਲਬੇੜ ਕੇ ਚੱਬੋ, ਤਾਂ ਖੰਘ ਤੁਹਾਡੀ ਸਮਾਪਤ ਹੋ ਜਾਏਗੀ ਜੇ ਲੱਗੀ ਹੋਈ ਹੈ। ਹਰ ਰੋਜ਼ ਦੁੱਧ ਦੇ ਵਿੱਚ 1/2 ਚਮਚਾ ਹਲਦੀ ਦਾ ਪਾ ਕੇ ਪੀਓ, ਤੁਹਾਨੂੰ ਖੰਘ, ਜ਼ੁਕਾਮ, ਨਜ਼ਲਾ ਨਹੀਂ ਰਹੇਗਾ। ਇਹ ਉਪਾਏ ਨੇ ਛੋਟੇ ਛੋਟੇ, ਤੁਸੀਂ ਕਰਨ ਲੱਗੋ। ਅਤੇ ਸਾਰਿਆਂ ਨੂੰ ਬੈਸਟ ਮੈਂ ਜੋ ਦੇਣਾ ਉਹ ਤੁਹਾਨੂੰ ਦਾਲ ਚੀਨੀ ਦਾ ਉਪਾਏ ਦੇਣਾ, ਵੀ ਦਾਲ ਚੀਨੀ ਵਰਤਣੀ ਸ਼ੁਰੂ ਕਰ ਦਿਉ। ਸਾਰਾ ਸਿਆਲ ਤੁਹਾਨੂੰ ਖੰਘ, ਜ਼ੁਕਾਮ, ਬੁਖਾਰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ। ਸਾਰੇ ਪਰਿਵਾਰ ਲੈਣੀ ਸ਼ੁਰੂ ਕਰੋ। ਧੰਨਵਾਦ ਕਰਦਾ ਜਿਹੜੇ ਵੀਰ ਫੋਨ ਵਾ ਕਰਕੇ ਪੁੱਛਦੇ ਹੈ, ਆਪਣਾ ਕੇਅਰ ਆਪ ਬਣ ਰਹੇ, ਆਪਣੇ ਡਾਕਟਰ ਆਪ ਬਣ ਰਹੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।